ਅੱਜ ਅਸੀਂ ਤੁਹਾਨੂੰ ਪਟਕਾ ਬਣਾਉਣਾ ਦੱਸਦੇ ਹਾਂ ਕਿਉਂਕਿ ਬਹੁਤ ਜਣੇ ਮੈਨੂੰ ਪੁੱਛਿਆ ਸੀ ਕਿ ਪਟਕਾ ਕਿਵੇਂ ਬਣਿਆ ਸੀ ਉਦਮ ਦੇ। ਸੋ ਅੱਜ ਉਦਮ ਸਿੰਘ ਜੀ ਤਿਆਰ ਹੋਏ ਆ ਕੁੜਤਾ ਪਜਾਮਾ ਪਾ ਕੇ ਦਿਲ ਉਦਮ ਤੇ ਮੈਂ ਉਹਦੇ ਪਟਕਾ ਬਣਦੀ ਹਾਂ। ਪਟਕਾ ਸਾਡਾ ਨੋਰਮਲ ਪਟਕਾ ਜਿੱਦਾਂ ਦਾ ਹੁੰਦਾ, ਇਸ ਤੋਂ ਛੋਟਾ ਪਟਕਾ ਉਹ ਕਹਿੰਦੇ ਅਸੀਂ ਨਹੀਂ ਬਣਾਉਂਦੇ। ਸੋ ਨੋਰਮਲ ਪਟਕਾ, ਠੀਕ ਆ, ਚਾਰ ਉਹਦੇ ਤਣੀਆਂ ਲੱਗੀਆਂ ਜਿੱਦਾਂ ਪਟਕੇ ਦੀ ਹੁੰਦੀਆਂ। ਤੇ ਉਦਮ ਤਿਆਰ ਆ? ਯੈਸ ਯੈਸ, ਉਦਮ ਤਿਆਰ ਆ। ਸੋ ਇਹਦੇ ਜੂੜਾ ਬਣਾਉਣ ਲਈ ਓਬਵੀਅਸਲੀ ਇਹਦੇ ਵਾਲ ਹੈ ਨਹੀਂ ਹੈ ਛੋਟਾ। ਉਦਮ ਹੁਣ ਹੋ ਗਿਆ 7.5 ਮਹੀਨੇ ਦਾ, ਅਤੇ ਜਦੋਂ ਅਸੀਂ ਫੋਟੋ ਸ਼ੂਟ ਕਰਾਇਆ ਸੀ 6-6.5 ਮਹੀਨੇ ਦਾ ਸੀ ਉਹ। ਅਤੇ ਜੂੜਾ ਬਣਾਉਣ ਲਈ ਮੈਂ ਸਿਰਫ ਉਹਦੀ ਕਲੀਨ ਛੋਟੀ ਜਿਹੀ ਸੌਕਸ ਲਈ ਆ। ਤੁਸੀਂ ਲੈ ਸਕਦੇ ਹੋ, ਕੋਈ ਰੁਮਾਲ ਲੈ ਸਕਦੇ ਹੋ। ਸੋ ਉਹਨੂੰ ਫੋਲਡ ਕਰਕੇ ਐਡਾ ਕੁ ਬਣਾ ਲੈਣਾ ਉਦਮ, ਕੋਈ ਨਾ ਮੈਂ ਬੰਨ ਦਿੰਦੀ ਹਾਂ। ਸੋ ਇਹਨੂੰ ਇੱਥੇ ਰੱਖਣਾ, ਇਹਨੂੰ ਇੱਥੇ ਸੈਂਟਰ 'ਚ ਰੱਖਣਾ ਅਤੇ ਉਦਮ ਸਿੱਧੇ ਹੋ ਕੇ ਬੈਠਣਾ। ਉਦਮ ਸਿੰਘ ਪਾਰਟੀਸਪੇਟ ਕਰ ਰਹੇ ਆ ਅਤੇ ਉਹਨੂੰ ਸੈਂਟਰ 'ਚ ਰੱਖ ਕੇ ਅਤੇ ਆਪਾਂ ਇਹਨੂੰ ਟਾਈ ਕਰਨਾ। ਥੋੜ੍ਹਾ ਜਿਹਾ ਟ੍ਰਿਕੀ ਆ ਕਿਉਂਕਿ ਬੱਚਾ ਮੂਵ ਹੋਊਗਾ। ਸੋ ਇੰਨਾ ਕੁ ਮੱਥੇ 'ਤੇ, ਇੰਨਾ ਕੁ ਮੱਥੇ 'ਤੇ ਰੱਖਣਾ, ਠੀਕ ਹੈ। ਅਤੇ ਮੈਨੂੰ ਕੰਨ ਅੰਦਰ ਚੰਗੇ ਲੱਗਦੇ ਆ ਕਿਉਂਕਿ ਨਹੀਂ ਇਹਨਾਂ ਦੇ ਕੰਨ ਬਾਹਰ ਨਿਕਲ ਜਾਂਦੇ ਆ। ਸੋ ਮੈਂ ਕੰਨ ਅੰਦਰ ਕਰੂੰਗੀ ਅਤੇ ਉਸ ਤੋਂ ਬਾਅਦ ਪਿੱਛੇ ਆਪਾਂ ਇਹਦੀ ਨੋਟ ਮਾਰ ਲਈ ਆ, ਜਿਵੇਂ ਕਿ ਆਪਾਂ ਲੇਸਿਸ ਬੰਨਦੇ ਹਾਂ। ਦੂਸਰੀ ਨਹੀਂ ਕਰਨੀ ਹੈਗੀ ਕਿਉਂਕਿ ਨਹੀਂ ਉਹ ਖੁੱਲ੍ਹਣੀ ਨਹੀਂ। ਉਦਮ ਇੱਧਰ ਦੇਖੋ ਬੇਟੇ, ਉਦਮ ਨਹੀਂ ਦਿਖਾਉਣਾ ਚਾਹੁੰਦਾ, ਮੇਰਾ ਸੀਕਰੇਟ ਆ। ਸੋ ਪਿੱਛੋਂ ਟਵਿਸਟ ਕਰਕੇ ਜਿਹੜੀਆਂ ਦੋ ਤਣੀਆਂ ਰਹਿ ਗਈਆਂ, ਜਿੱਦਾਂ ਆਪਾਂ ਨੋਰਮਲ ਪਟਕਾ ਬੰਨੀ ਇਹਨੂੰ ਇੱਥੇ ਕਰਕੇ, ਸੋ ਇਹਨੂੰ ਇੱਥੇ ਟਾਈ ਕਰਨਾ। ਥੋੜ੍ਹਾ ਟਾਈਟਲੀ ਕਰ ਦਿਓ ਇੱਥੇ, ਪਿੱਛੋਂ ਨਾ ਟਾਈਟਲੀ ਕਰੋ ਜ਼ਿਆਦਾ। ਸੋ ਪਟਕਾ ਰੈਡੀ ਆ ਸਾਡੇ ਲਿਟਲ, ਆ ਹੋ ਗਿਆ ਰੈਡੀ ਉਦਮ ਦਾ ਪਟਕਾ। ਚਲੋ ਹਮ ਕਰ ਸੱਚ ਨਹੀਂ ਆਏ, ਤੇਰਾ ਨਾਮ ਬੜਾ ਵੱਡਾ ਹੋਇਆ ਇੱਕ। ਆਲੋ ਇਹ ਆ ਉਦਮ ਸਿੰਘ, ਦਿਸ ਇਜ਼ ਉਦਮ, ਉਦਮ ਦਾ ਮਾਈ, ਸੌਰੀ ਥੋੜਾ ਰਨੀ ਨੋਜ਼ ਆ ਮਾਈ ਦੇਖ ਰਿਆ ਕੇ ਪਰ ਦੇ ਚੁੱਕ ਲਓ ਜੀ।